ਅੱਜ ਤੜਕਸਾਰ ਅੰਮ੍ਰਿਤਸਰ ਦੇ ਵਿੱਚ ਇੱਕ ਵਪਾਰੀ ਦੇ ਘਰ ਕਰੋੜਾਂ ਰੁਪਏ ਦੀ ਲੁੱਟ ਹੋਈ ਹੈ। ਤਾਂ ਅੰਮ੍ਰਿਤਸਰ ਦੇ ਕੋਰਟ ਰੋਡ 'ਤੇ ਅੱਜ ਸਵੇਰੇ ਤੜਕਸਾਰ 4:30 ਵਜੇ ਦੇ ਕਰੀਬ 4 ਨਕਾਬਪੋਸ਼ ਵਿਅਕਤੀਆਂ ਦੇ ਵੱਲੋਂ ਇੱਕ ਵਪਾਰੀ ਦੇ ਘਰ ਕਰੋੜਾਂ ਦੀ ਜਿਹੜੀ ਲੁੱਟ ਕੀਤੀ ਗਈ ਹੈ। ਪਾਸ਼ ਇਲਾਕੇ ਦੇ ਵਿੱਚ ਬਲੈਰੋ ਗੱਡੀ 'ਤੇ ਸਵਾਰ ਹੋ ਕੇ ਲੁਟੇਰੇ ਆਏ ਸਨ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਹਥਿਆਰ ਦੀ ਨੋਕ 'ਤੇ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ। ਪੀੜਿਤ ਪਰਿਵਾਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਲੁਟੇਰੇ ਇੱਕ ਘੰਟਾ ਉਹਨਾਂ ਦੇ ਘਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਰਹੇ। ਸਾਰੇ ਪਰਿਵਾਰ ਨੂੰ ਬੰਧਕ ਬਣਾ ਕੇ ਉਹਨਾਂ ਦੇ ਵੱਲੋਂ ਜਿਹੜੀ ਲੁੱਟ ਕੀਤੀ ਗਈ ਹੈ। ਪੁਲਿਸ ਅਧਿਕਾਰੀ ਜਿਹੜੇ ਮੌਕੇ 'ਤੇ ਪੁੱਜੇ ਨੇ, ਜਾਂਚ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਆਲੇ ਦੁਆਲੇ ਦੇ CCTV ਕੈਮਰੇ ਖੰਗਾਲੇ ਜਾ ਰਹੇ ਹਨ। ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਲੁੱਟਾਂ ਖੋਹਾਂ ਦੀ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਆਏ ਦਿਨ ਲੁੱਟਾਂ ਖੋਹਾਂ ਦੀ ਘਟਨਾਵਾਂ ਸਾਹਮਣੇ ਆ ਰਹੀਆਂ, ਜਿਸ ਦੇ ਚੱਲਦੇ ਅੱਜ ਸਵੇਰੇ ਤੜਕਸਾਰ 4:30 ਵਜੇ ਦੇ ਕਰੀਬ ਕੋਰਟ ਰੋਡ 'ਤੇ ਇੱਕ ਵਪਾਰੀ ਦੇ ਘਰ 4 ਨਕਾਬਪੋਸ਼ ਲੁਟੇਰਿਆਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 4:30 ਵਜੇ ਦੇ ਕਰੀਬ 4 ਨਕਾਬਪੋਸ਼ ਲੁਟੇਰੇ ਉਹਨਾਂ ਦੇ ਘਰ ਦੀ ਦੀਵਾਰ ਟੱਪ ਕੇ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋ ਜਾਂਦੇ ਨੇ। ਉਹਨਾਂ ਨੇ ਪਿਸਤੌਲ ਦੀ ਨੋਕ 'ਤੇ ਸਾਰੇ ਪਰਿਵਾਰ ਨੂੰ ਬੰਧਕ ਬਣਾ ਲਿਆ। ਬੰਧਕ ਬਣਾਉਣ ਤੋਂ ਬਾਅਦ ਉਹਨਾਂ ਪੂਰਾ ਇੱਕ ਘੰਟਾ ਘਰ ਦੇ ਵਿੱਚ ਰਹਿ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਹਨਾਂ ਨੇ ਦੱਸਿਆ ਕਿ 1 ਕਰੋੜ ਰੁਪਏ ਦੇ ਨਗਦ ਅਤੇ 3 ਕਿਲੋ ਦੇ ਕਰੀਬ ਸੋਨਾ ਜਿਹੜਾ ਲੁੱਟ ਕੇ ਫਰਾਰ ਹੋ ਗਏ। ਜਾਂਦੇ ਜਾਂਦੇ ਸਾਡਾ ਜਿਹੜਾ ਲਾਇਸੈਂਸੀ ਰਿਵਾਲਵਰ ਸੀ ਉਹ ਵੀ ਨਾਲ ਲੈ ਕੇ ਗਏ। ਤਾਂ ਤੁਹਾਨੂੰ ਦੱਸ ਦਈਏ ਕਿ ਪੋਸਟ ਏਰੀਆ ਹੋਣ ਦੇ ਬਾਵਜੂਦ ਵੀ ਇਸ ਇਲਾਕੇ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਰਿਵਾਰ ਦੇ ਨਾਲ ਲੁਟੇਰਿਆਂ ਦੇ ਵੱਲੋਂ ਹੱਥਾਪਾਈ ਵੀ ਕੀਤੀ ਗਈ ਹੈ। ਪਰਿਵਾਰ ਦੇ ਵਿੱਚ ਸਹਿਮ ਦਾ ਜਿਹੜਾ ਮਾਹੌਲ ਬਣਿਆ ਹੋਇਆ, ਉੱਥੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪੁੱਜੇ, ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਆਲੇ ਦੁਆਲੇ ਦੇ CCTV ਕੈਮਰੇ ਜਿਹੜੇ ਕੰਗਾਲੇ ਜਾ ਰਹੇ ਹਨ, ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਸਾਢੇ 5 ਗਏ ਨੇ, ਸਾਰਾ ਕੁਛ ਲੈ ਕੇ ਲੁੱਟ ਗਏ। ਸਾਨੂੰ 5-4 ਜਣੇ ਸੀ, ਸਾਨੂੰ ਬੰਦ ਤਾਂ ਉਹਨਾਂ ਦੋਵਾਂ ਜਣਿਆਂ ਦੀ, ਇੱਕ ਉਹਨਾਂ ਤੋਂ ਦਾਤਰ ਜਿਹਾ ਫੜਿਆ ਸੀ, ਇੱਕ ਉਹਨਾਂ ਕੋਲ ਪਿਸਤੌਲ ਹੈਗੀ ਸੀ। ਕਹਿੰਦਾ ਬੋਲੋਗੇ ਰੌਲਾ ਪਾਓਗੇ ਤੁਹਾਨੂੰ ਮਾਰ ਦਿਆਂ। ਹਾਂ, ਕੁੱਟਮਾਰ ਕੀਤੀ ਹੈ, ਅਸੀਂ ਤਾਂ ਬੋਲੇ ਹੀ ਨਹੀਂ। ਫਿਰ ਮੈਂ ਕਹਿੰਦਾ ਬੋਲੋਗੇ ਤਾਂ ਮਾਰ ਦਿਆਂਗੇ ਤੁਹਾਨੂੰ। ਕਹਿੰਦਾ ਜੋ ਕੁਛ ਇਹ ਕਹਿੰਦੇ ਜੋ ਕੁਛ ਗੱਲ ਲੈ ਲਓ, ਸਾਰਾ ਕੁਛ ਇੱਥੇ ਹੀ ਰਹੀ ਦੇਖ ਲਓ। ਚਾਬੀਆਂ ਨਹੀਂ ਲੱਭੀਆਂ ਤਾਂ ਉਹਨਾਂ ਲੋਕ ਤੋੜਤੇ, ਸਾਰੇ ਤੋੜੇ ਪੈਂਦੇ। ਨਹੀਂ ਰਾਜੇ, ਮੈਂ ਤਾਂ ਵੈਸੇ ਜਿਵੇਂ ਰੋਜ਼ ਦਰਵਾਜ਼ਾ ਖੋਲ੍ਹੀ ਤਾਂ ਉਵੇਂ ਖੋਲ੍ਹਿਆ, ਤਾਂ ਅੱਗੋਂ ਹੀ ਤਾਂ ਮੈਨੂੰ ਨਾ ਫੜ ਲਿਆ। ਜਿਹੜਾ ਪਤਾ ਹੀ ਨਹੀਂ, 3 ਚੜ੍ਹਿਆ ਚਾਨਣ ਹੋ ਜਾਂਦਾ ਨਾਲ 4:45 ਵਜੇ। ਰੋਜ਼ ਉੱਠੀ ਤਾਂ ਇਸੇ ਟਾਈਮ 'ਤੇ। ਕਿੰਨੇ ਵਜੇ ਉੱਠੇ ਸੀ? 4:45। ਕੁਛ ਨਹੀਂ, ਮੈਂ ਤਾਂ ਗੇਟ ਖੋਲ੍ਹਿਆ ਸੈਰ ਵਾਸਤੇ, ਬਾਹਰ ਸੋਚ ਸਹੇਲੀਆਂ ਮੇਰੀਆਂ ਫੋਨ ਕਰੀ ਜਾਣ ਆ ਜਾਓ ਬਾਹਰ, ਅਤੇ ਉਹ ਅੰਦਰ ਮੈਨੂੰ ਕਹਿੰਦੇ ਫੋਨ ਨਹੀਂ ਚੁੱਕਣਾ, ਫੋਨ ਕਰਦਾ ਪਿਆ। ਸੈਂਟਰ ਹੋਏ ਆ, ਸਾਨੂੰ ਲੱਗਦਾ ਕੋਈ ਸ਼ੱਕ ਸ਼ੁੱਕ ਵੀ ਉਹਨਾਂ ਨੂੰ ਸਾਰੀ ਜਾਣਕਾਰੀ ਸੀ ਜਾ ਕੇ ਮੈਨੂੰ ਕੋਈ। ਕਿੰਨਾ ਕੁ ਸਮਾਨ ਮਾਰਾ ਜੀ ਤੁਹਾਡਾ ਹੋਇਆ? ਰਾਜੇ ਬਹੁਤ ਕੁਛ ਲੈ ਗਏ, ਮੈਂ ਦੱਸ ਨਹੀਂ ਸਕਦੀ ਬੜਾ ਕੁਛ। ਜਿਊਲਰੀ ਕਿੰਨੀ ਸੀ? ਜਿਊਲਰੀ ਵਾਧੂ ਸੀ, ਪੈਸੇ ਵਾਧੂ ਲੈ ਗਏ। ਅਸੀਂ ਤਾਂ ਸਵੇਰੇ 4:30 ਵਜੇ ਦੇ ਕਰੀਬ ਮੇਰੀ ਵਾਈਫ ਨੇ ਗੇਟ ਖੋਲ੍ਹਿਆ, ਅਤੇ ਅੱਗੇ 4 ਬੰਦੇ ਬੈਠੇ ਹੋਏ ਸੀਗੇ, ਲੁੱਕੇ ਬੈਠੇ ਸੀਗੇ। ਉਹ ਅੰਦਰ ਕੰਧ ਟੱਪ ਕੇ ਆਏ ਸੀ ਅੰਦਰ, ਅਤੇ ਉਹਨਾਂ ਨੇ ਉਸੇ ਉਹਨੂੰ ਉਹਦਾ ਮੂੰਹ ਬੰਨ ਕੇ ਉਹਨੂੰ ਅੰਦਰ ਖਿੱਚ ਕੇ ਲੈਂਦਾ, ਅਤੇ ਮੇਰੀ ਵੀ ਲੱਤਾਂ ਵੀ ਅਤੇ ਬਾਹਾਂ ਬੰਨ ਦਿੱਤੀਆਂ। ਅਤੇ ਜੋ ਸਮਾਨ ਅੰਦਰ ਪਿਆ ਸੀ, ਕੈਸ਼ ਸੀਗਾ, ਗੋਲਡ ਸੀਗਾ, ਮੇਰਾ ਇੱਕ ਲਾਇਸੈਂਸੀ ਰਿਵਾਲਵਰ ਸੀਗਾ, ਉਹ ਵੀ ਉਹ ਲੁੱਟ ਕੇ ਲੈ ਗਏ। ਅਤੇ ਜੇ ਉਹ ਕਹਿੰਦੇ ਸੀ ਤੁਸੀਂ ਬੋਲੋਗੇ ਤਾਂ ਤੁਹਾਨੂੰ ਜਾਨੋਂ ਮਾਰ ਦਿਆਂਗੇ। 4 ਆਦਮੀ ਸੀਗੇ, ਉਹਨਾਂ ਕੋਲ ਇੱਕ ਰਿਵਾਲਵਰ ਸੀਗਾ, ਪਿਸਟਲ ਸੀਗਾ, ਮੂੰਹ ਉਹਨਾਂ ਨੇ ਆਪਣੇ ਕਵਰ ਕੀਤੇ ਹੋਏ ਸੀਗੇ। ਉਮਰ ਇਹੋ ਹੀ 35 ਤੋਂ 40 ਸਾਲ ਦੇ ਵਿੱਚ ਹੈਗੇ ਸੀ। ਕਿੰਨਾ ਕੁ ਕੈਸ਼ ਲੈ ਗਏ ਨੇ, ਕਿੰਨਾ ਗੋਲਡ ਲੈ ਗਏ ਨੇ? ਹੁਣ ਅੰਦਾਜ਼ਾ ਲਾਉਂਦੇ ਪਏ, ਵੇਖਣੇ ਪਿਆ, ਇਹੋ ਹੀ 2-3 ਕਰੋੜ ਦੇ ਕਰੀਬ ਕੈਸ਼ ਦੇ ਨਾਲ ਗੋਲਡ ਹੈਗਾ ਸੀ। ਕੈਸ਼ ਕਿੰਨਾ ਸੀ? 1 ਕਰੋੜ ਦੇ ਕਰੀਬ ਕੈਸ਼ ਸੀਗਾ, ਤੇ ਬਾਕੀ ਗੋਲਡ ਸੀਗਾ। ਗੋਲਡ ਕਿੰਨਾ ਸੀ? ਹੁਣ ਦੇਖਣੇ ਪਿਆ ਹਿਸਾਬ, ਵੇਖਣੇ ਕੀ ਥੁੱਕ ਤੁੱਕ ਹੀ ਚੁੱਕਿਆ ਉਹਨਾਂ, ਕੀ ਲੈ ਕੇ ਕੱਢ ਕੇ। ਔਨ ਦਾ ਸਪੋਟ ਉਹਨਾਂ ਨੇ ਕੀ ਧਮਕੀਆਂ ਲਾਈਆਂ ਤੁਹਾਨੂੰ? ਵੀ ਜੇ ਤੁਸੀਂ ਕੋਈ ਕਰੋਗੇ ਤੇ ਅਸੀਂ ਤੁਹਾਨੂੰ ਮਾਰ ਦਿਆਂਗੇ, ਜਾਨੋਂ ਮਾਰ ਦਿਆਂਗੇ। ਛੱਡ ਗਿਆ ਉਹ, ਪੁਲਿਸ ਲੈ ਗਈ ਹੈ, ਕੋਈ ਰੱਸੀਆਂ ਵਗੈਰਾ ਗਏ ਬੰਨਣ ਵਾਲੀਆਂ। ਪੁਲਿਸ ਆ ਗਈ ਮੌਕੇ ਤੇ, ਉਸੇ ਆ ਗਈ। ਕਿੰਨੀ ਦੇਰ ਤੱਕ ਤੁਹਾਡੇ ਘਰ ਵਿੱਚ ਰਹੇ ਨੇ? 1 ਘੰਟਾ ਰਹੇ। ਹਾਂਜੀ, ਤੋੜ ਭੰਨ ਵੀ ਕੀਤੀ? ਹਾਂ, ਤੋੜ ਭੰਨਿਆ, ਸਾਰੇ ਦਰਾਜ ਦਰੂਜ ਤੋੜ ਭੰਨ ਗਏ, ਉਹ ਉਹਦੇ 'ਚ ਕੱਢ ਕੇ ਲੈ ਕੇ ਗਿਆ ਸਭ ਕੁਛ, ਜਿਹੜੀਆਂ ਅਲਮਾਰੀਆਂ ਸੀ ਤੋੜ ਭੰਨ ਗਿਆ ਸਾਰੀਆਂ।
ਜਿਸ ਤਰੀਕੇ ਨਾਲ ਆਏ ਅੰਕਲ, ਤੁਹਾਨੂੰ ਲੱਗਦਾ ਵੀ ਕੋਈ ਪਹਿਲਾਂ ਤਾਂ ਉਹਨਾਂ ਨੇ ਕੋਈ ਜਾਣਕਾਰੀ ਹੋਵੇ? ਹੋ ਸਕਦਾ, ਹੁਣ ਅਸੀਂ ਕੀ ਕਹਿ ਸਕਦੇ ਹਾਂ ਇਸ ਮਾਮਲੇ 'ਚ? ਸੀਸੀਟੀਵੀ ਆਈ ਹੈ ਵੀਡੀਓ? ਹਾਂ, ਉਹ ਸਾਰੀਆਂ ਪੁਲਿਸ ਕੋਲ ਹੈਗੀਆਂ। ਆਪਣੇ ਘਰ 'ਚ ਕੋਈ ਲੱਗਾ ਸੀਸੀਟੀਵੀ ਕੈਮਰਾ? ਨਹੀਂ, ਆਪਣੇ ਲੱਗਾ, ਆਪਣੇ ਸਾਹਮਣੇ ਲੱਗੇ ਹੋਏ ਆ, ਉਹ ਸਾਰੇ ਲੈ ਗਏ, ਪੁਲਿਸ ਲੈ ਗਈ। ਓਕੇ ਸਰ, ਅੱਜ ਤੁਸੀਂ ਪਹੁੰਚੇ ਹੋ ਇਸ ਜਗ੍ਹਾ ਦੇ ਉੱਤੇ, ਕੀ ਗੱਲ ਹੋਈ ਹੈ, ਵਾਰਦਾਤ ਕੀ ਹੋਈ ਹੈ ਇਸ ਜਗ੍ਹਾ ਦੇ ਉੱਤੇ? ਕਿਹਾ ਜਾ ਰਿਹਾ ਕਿ ਕਰੋੜਾਂ ਰੁਪਏ ਦੀ ਲੁੱਟ ਹੋਈ ਹੈ, ਬੰਧਕ ਬਣਾਇਆ ਗਿਆ ਘਰ ਦੇ ਵਿੱਚ ਦੋਵਾਂ ਜੀਆਂ ਨੂੰ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇੱਥੇ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਜੀ ਸਾਹਮਣੇ ਦੇਖ ਕੇ ਵੀ ਜੋ ਵੀ ਇੱਥੇ ਇਹਨਾਂ ਦੇ ਨਾਲ ਘਰ ਦੇ ਵਿੱਚ ਲੁੱਟਮਾਰ ਹੋਈ ਆ, ਉਹਦੇ ਸੰਬੰਧੀ ਅਸੀਂ ਤਫਤੀਸ਼ ਕਰ ਰਹੇ ਹਾਂ। ਲੁੱਟ ਕਿੰਨੇ ਕੁ ਦੀ ਹੋਈ, ਕੁਛ ਪਤਾ ਚੱਲਿਆ ਜੀ? ਇਹ ਹਾਲੇ ਕੋਈ ਕਰੀਬ ਕਨਫਰਮ ਨਹੀਂ ਹੋ ਰਿਹਾ। ਕਨਫਰਮ ਨਹੀਂ ਹੋ ਰਿਹਾ, ਕਿੰਨੇ ਕੁ ਜਾਣੇ ਸੀਗੇ ਜੀ ਲੁੱਟ ਕਰਨ ਵਾਲੇ? ਇਹ ਵੀ ਕੈਮਰੇ ਖੰਗਾ ਰਹੇ ਹਾਂ, ਤਫਤੀਸ਼ ਜਾਰੀ ਹੈ। ਠੀਕ ਹੈ ਜੀ, ਥੈਂਕ ਯੂ।